बिस्मिल्लाहिर्रहमानिर्रहीम, अस्सलाम वालेकुम। कैसे हैं सब? उम्मीद करती हूँ लड़कर हम खुद रहो शुक्र के साथ सब ठीक होंगे। तो लोग क्या करते हैं चेक बिग बॉस के बारे में? अच्छा जी, मैं बस बेटी और डॉक्टर आया है तो ओदे कोल ना बोतल खुआई है बहुत ज्यादा इक मिनट सी। ਅਤੇ ਸਮਾਨ ਦੇ ਅੱਬੂ ਨੇ ਆਖਿਆ ਵੀ ਮੈਨੂੰ ਦੋ ਤਿੰਨ ਬੋਤਲਾਂ ਲਗਵਾ ਦਿਉ। ਅਤੇ ਮੈਂ ਹੁਣ ਉੱਤੇ 12 ਵਜ ਕੇ ਮੈਂ ਉੱਤੇ ਪਹਿਲੇ ਰੋਟੀਆਂ ਤਨੂਰ 'ਚ ਲਾਈਆਂ ਨੇ ਅਤੇ ਹੁਣ ਮੈਂ ਸਮਾਨ ਬੇਟਾ ਆਉਂਦਾ ਸੀ ਅੰਮੀ ਜੀ ਆ ਜਾਣਾ ਅਰਬੀ ਦਾ ਸਾਲਣ ਬਣਾਓ ਅੱਗ ਬਾਲੀਏ ਅਤੇ ਅਰਬੀ ਕੱਟੀਏ ਕੱਟ ਕੇ ਅਤੇ ਹੁਣ ਪਹਿਲੇ ਮੈਂ ਘਿਓ 'ਚ ਤਲ ਲੈਂਦੀ ਹਾਂ। ਘਿਓ 'ਚ ਤਲ ਲਈਏ ਅਤੇ ਲੇਸ ਵਗੈਰਾ ਜਿਹੜੀ ਉਹ ਨਹੀਂ ਰਹਿੰਦੀ, ਪਹਿਲਾਂ ਘਿਓ 'ਚ ਤਲ ਕੇ ਇਹਨੂੰ ਬਾਹਰ ਨਿਕਾਲ ਕੇ ਅਤੇ ਫਿਰ ਜਿਹੜੇ ਪਿਆਜ਼ ਮਿਰਚਾਂ ਟਮਾਟਰ ਇਹਨਾਂ ਨੂੰ ਫਿਰ ਮੈਂ ਨਾ ਇਹਨਾਂ ਦੀ ਬਣਾਈ ਕਰ ਲੈਂਦੀ। ਪਹਿਲੇ ਮੈਂ ਕਰਨੀ ਹਾਂ ਅਰਬੀ ਦੀ ਬਣਾਈ ਅੱਛੀ ਤਰ੍ਹਾਂ ਚਿੱਟਾ ਲਗਾ ਕੇ ਅਤੇ ਇਹਨੂੰ ਅੱਛੀ ਤਰ੍ਹਾਂ ਲਗਾ ਲੈਣੀ। ਬਹੁਤ ਜ਼ਿਆਦਾ ਗਰਮੀ ਹੈ, ਕੋਈ ਪੱਤਰ ਵੀ ਨਹੀਂ ਦਰਖਤਾਂ ਦਾ ਹਿਲਦਾ ਪਿਆ, ਇੰਨੀ ਕੁ ਜ਼ਿਆਦਾ ਗਰਮੀ ਹੈ। ਹਜੇ ਮੈਂ ਆਇਆ ਬੇਟੀ ਦੇ ਕੱਪੜੇ ਧੋਣੇ ਨੇ, ਵੇਖ ਲਓ ਇੱਕ ਪੱਤਰ ਜਿਹੜਾ ਨਾ ਦਰਖਤਾਂ ਦਾ ਉਹ ਨਹੀਂ ਹਿਲਦਾ, ਬਹੁਤ ਜ਼ਿਆਦਾ ਗਰਮੀ ਹੈ। ਮੈਂ ਵੀ ਬੇਟਿਆਂ ਦੀ ਅੰਮੀ ਜੀ ਆ ਜਾਊ, ਤੁਸੀਂ ਅਰਬੀ ਵੀ ਪਕਾ ਲਓ, ਜਿੱਦਣ ਦੀ ਆਈ ਹਾਂ ਉੱਦਣ ਦਾ ਹੀ ਕੁਛ ਤੁਸੀਂ ਪਾਉਂਦੇ ਹੋ ਅਤੇ ਮੇਰਾ ਦਿਲ ਲੱਗ ਗਿਆ। ਕੱਲ੍ਹ ਸਮਾਨ ਦੇ ਅੱਬੂ ਜਿਹੜੇ ਨੇ ਨਾ ਬਾਜ਼ਾਰ ਗਏ ਸਨ, ਉੱਥੋਂ ਅਰਬੀ ਲਿਆਂਦੀ ਨੇ, ਅਜੇ ਅਸੀਂ ਪਹਿਲੀ ਵਾਰੀ ਨਾ ਪਕਾਉਣ ਲਈ ਹਾਂ। ਅਰਬੀ ਜਿਹੜੀ ਹੈ ਅੱਛੀ ਤਰ੍ਹਾਂ ਇਹਦੀ ਬਣਾਈ ਹੋ ਗਈ ਹੈ, ਹੁਣ ਮੈਂ ਇਹਨੂੰ ਬੋਲ 'ਚ ਬਾਹਰ ਨਿਕਾਲ ਲਈ ਹਾਂ, ਫਿਰ ਪਿਆਜ਼ ਅਤੇ ਟਮਾਟਰ ਅਤੇ ਹਰੀ ਮਿਰਚ ਜਿਹੜੀ
ਇਹਨਾਂ ਦੀ ਬੁਣਾਈ ਕਰ ਲੈਣੀ ਅੱਛਾ ਜੀ। ਬੋਲ 'ਚ ਬਾਹਰ ਮੈਂ ਨਿਕਾਲ ਲਈਏ ਅਰਬੀ ਪਾਉਣ ਕੇ, ਅਤੇ ਹੁਣ ਮੈਂ ਟਮਾਟਰ, ਹਰੀ ਮਿਰਚ ਅਤੇ ਪਿਆਜ਼ ਇਹਨਾਂ ਦੀ ਅੱਛੀ ਤਰ੍ਹਾਂ ਬਣਾਈ ਕਰ ਲੈਣੀ, ਅਤੇ ਵਿੱਚ ਪਾ ਲੈਣੀ ਹਾਂ ਪਾਊਡਰ ਮਸਾਲੇ। ਪਾਊਡਰ ਮਸਾਲੇ ਜਿਹੜੇ ਨੇ ਹਲਦੀ, ਨਮਕੀ, ਨਮਕ ਅਤੇ ਕਾਲੀ ਮਿਰਚ ਸਿਰਫ, ਇਹ ਪਾਊਡਰ ਮਸਾਲੇ ਪਾਉਣੇ ਨੇ, ਔਰ ਸੁਰਖ ਮਿਰਚ ਨਹੀਂ ਪਾਉਣੀ। ਅੱਛਾ ਜੀ, ਕਾਲੀ ਮਿਰਚ, ਨਮਕ, ਹਲਦੀ ਅਤੇ ਜੀਰਾ, ਗਰਮ ਮਸਾਲਾ, ਬਸ ਸੁਰਖ ਮਿਰਚ ਜਿਹੜੀ ਨਾ ਇਹ ਵੀ ਪਾਉਣੀ, ਇਹਨਾਂ ਦੀ ਅੱਛੀ ਤਰ੍ਹਾਂ ਬਣਾਈ ਕਰ ਲੈਣੀ। ਅਤੇ ਫਿਰ ਜਿਹੜੇ ਬੋਲ ਦੇ ਵਿੱਚ ਅਰਬੀ ਨਿਕਾਲ ਲਈਏ ਉਹ ਵਿੱਚ ਪਾ ਲਾਂਗੇ। ਇਹਨਾਂ ਛੱਟਾ ਲਗਾ ਕੇ ਨਾ ਅੱਛੀ ਤਰ੍ਹਾਂ ਬਣਾਈ ਕਰ ਲੈਣੀ। ਅੱਛਾ ਜੀ, ਸਾਰੇ ਭੈਣਾਂ ਭਰਾ ਦੁਆ ਕਰਨ ਜਾ ਬਾਰੀ ਤਲਾ ਆਪਣੀ ਰਹਿਮਤ ਦੀ ਬਾਰਿਸ਼ ਕਰ, ਬਹੁਤ ਜ਼ਿਆਦਾ ਗਰਮੀ ਨੇ, ਹੁਣ ਤਾਂ ਜਾਨਵਰ ਜਿਹੜੇ ਨੇ ਉਹ ਵੀ ਬਾਰਿਸ਼ ਮੰਗ ਰਹੇ ਨੇ। ਅੱਲਾਹ ਤਾਲਾ ਆਪਣੀ ਰਹਿਮਤ ਦੀ ਬਾਰਿਸ਼ ਕਰੇ, ਅੱਲਾਹ ਤਾਲਾ ਇਹਨਾਂ ਬੱਚਿਆਂ ਨੂੰ ਤੰਦਰੁਸਤੀ ਦੇ, ਰੋਗੀ ਦੇ। ਅਜੇ ਉਸਮਾਨ ਬੇਟਾ ਜਿਹੜਾ ਬਹੁਤ ਬੜੇ ਦੇਰ ਪਿੱਛੋਂ ਨਾ ਛੇਵੀਂ ਵੀਡੀਓ ਰਾਤੀ ਅਪਲੋਡ ਕੀਤੀ ਹੈ ਆਸਿਮ ਸਾਹਿਬ ਦੀ, ਭੈਣ ਭਰਾਵਾਂ ਨੇ, ਅਤੇ ਦੀਦਣ ਦੀ ਮੈਂ ਬੇਟੀ ਆਈ ਹੈ, ਕਹਿੰਦਾ ਅੰਮੀ ਜੀ ਮੇਰਾ ਬਹੁਤ ਜ਼ਿਆਦਾ ਦਿਲ ਲੱਗਿਆ, ਅਤੇ ਅੱਗੇ ਚੁੱਪ ਕਰਕੇ ਨਾ ਆਪ ਹੀ ਬੇਟਾ ਨਹੀਂ ਦੱਸ, ਸ਼ੁਕਰ ਹੈ ਅੱਲਾਹ ਦਾ ਮੈਂ ਬਸ ਗੱਤੀ ਚਲੀ ਗਈ ਅਤੇ ਸਾਡੀ ਰੌਣਕ ਖਤਮ ਹੋ ਜਾਣੀ। ਅਸੀਂ ਮਸਾਲੇ ਦੀ ਬਣਾਈ ਕਰ ਲਈ ਅਤੇ ਹੁਣ ਪਾ ਲਈ ਹਾਂ ਜਿਹੜੀ ਅਰਬੀ ਮੈਂ ਕੱਢੀ ਸੀ ਬੋਲ 'ਚ, ਹੁਣ ਪਾ ਲਈ। ਮਿੱਠੀ ਮਿੱਠੀ ਆ ਗਈ ਤੇ ਨਾ ਇਹਦੀ ਬਣਾਈ ਕਰ ਲੈਣੀ ਅੱਛੀ ਤਰ੍ਹਾਂ। ਅੱਛਾ ਜੀ, ਅੰਡੀ ਸਾਡੀ ਜਿਹੜੀ ਅਰਬੀ ਤਿਆਰ ਹੋ ਗਈ। ਜੀ ਨਾ ਯਾਰ, ਫਾਤਮਾ ਜਿਹੜੀ ਆਪਣੀ ਅੰਮੀ ਦੇ ਕੋਲ ਬੈਠੀ ਹੈ ਅਤੇ ਉਹਨੂੰ ਇਹ ਵੀ ਅੰਮੀ ਨੂੰ ਨਾ ਪਤਾ ਨਹੀਂ ਕੀ ਗਏ ਅਤੇ ਬੋਤਲ ਲਗਵਾ ਕੇ ਗਿਆ ਡਾਕਟਰ ਸਾਹਿਬ, ਅਤੇ ਦੁਆ ਕਰੋ ਮੈਂ ਬਸ ਬੇਟੀ ਜਿਹੜੀ ਹੈ ਉਹ ਠੀਕ ਹੋ ਜਾਵੇ, ਬਹੁਤ ਜ਼ਿਆਦਾ ਕਮਜ਼ੋਰ ਹੈ। ਅੱਛਾ ਜੀ, ਆਪਣੀ ਮੈਂ ਬਸ ਨੂੰ ਡ੍ਰਿਪ ਲੱਗੀ ਹੈ, ਕੱਲ੍ਹ ਸ਼ਾਮ ਨੂੰ ਲੈ ਕੇ ਗਿਆ ਸਾ ਜੀ ਹਸਪਤਾਲ,
ਲੇਡੀ ਡਾਕਟਰ ਕੋਲ, ਉਸ ਡ੍ਰਿੱਪਾਂ ਲੈ ਕੇ ਦਿੱਤੀਆਂ ਸਰ, ਅਤੇ ਅਗਰ ਉੱਥੇ ਲਵਾਉਂਦੇ ਤਕਰੀਬਨ 2-3 ਘੰਟੇ ਲੱਗਦੇ ਨੇ ਇੱਕ ਡ੍ਰਿੱਪ ਨੂੰ, ਅਨਾਇਫ ਆਪਣਾ ਕੱਲੀ ਛੱਡੀ ਘਰ ਨਹੀਂ ਰਹਿੰਦੀ। ਅਸੀਂ ਆਖਿਆ ਚਲ ਡ੍ਰਿੱਪਾਂ ਤੁਸੀਂ ਲੈ ਦਿਓ, ਫਿਰ ਬਾਜ਼ਾਰੋਂ ਮੈਂ ਕੱਲ੍ਹ ਰਾਤੀ ਲੈ ਆਉਂਦੀਆਂ ਸਨ, ਅਤੇ ਹੁਣ ਜਿਹੜਾ ਨੇ ਇੱਥੇ ਡਾਕਟਰ ਨੂੰ ਬੁਲਾ ਕੇ ਦਿਲਵਾਉਣੀਆਂ ਨੇ। ਫਾਤਿਮਾ, ਨਾਇਆ ਨਾਇਆ ਮੰਮਾ ਕੋ ਆਈ ਹੋਈ ਹੈ, ਉਹਨੂੰ ਛਿੱਕਦੀ ਹੈ ਕੁਰਤਾਰ ਨੂੰ ਬਿੱਲੀ ਮਾਣੋ। ਇਸ ਵਾਸਤੇ ਡਾਕਟਰ ਨੂੰ ਬੁਲਾਇਆ ਸੀ, ਡਾਕਟਰ ਮੈਂ ਆਖਿਆ ਕਾਰਡ ਲਵਾ ਲੈਂਦੇ ਹਾਂ, ਉੱਥੇ ਅਗਰ ਲਵਾਉਂਦੇ 2-3 ਘੰਟੇ ਨਾਇਆ ਫਾਤਿਮਾ ਘਰ ਨਹੀਂ ਟਿਕਦੀ। ਫਿਰ ਮਾਸ਼ਾਅੱਲਾ ਨਾਇਆ ਫਾਤਿਮਾ ਮੇਰੀ ਇਤਨੀ ਪਿਆਰੀ ਸੀ, ਪਾਰੀਆਂ ਕੱਤੀ ਹੈ, ਬਰਨੋਲਾ ਵੀ ਇਹ ਵਾਲਾ ਉਤਾਰਤੀ ਹੈ, ਮੇਰੀ ਡਿੱਪ ਬਰਨੋਲਾ ਉਤਾਰ ਰਹੀ ਹੈ, ਕੱਲ੍ਹ ਕੋ ਵੀ ਟ੍ਰਿਪ ਲੱਗੇਗੀ, ਪਰਸੋਂ ਕੋ ਵੀ। ਨਾਇਆ ਫਾਤਿਮਾ ਇਹ ਕਰੋ, ਇੱਧਰ ਕਰੋ, ਇੱਥੇ ਜਾਣ ਲਈ ਕਿ ਇੱਥੇ ਕੋਲ ਕਿਆ, ਇੱਥੇ ਮੱਝ ਬਣੀ, ਇੱਥੇ ਕੱਤਾ ਬਣਿਆ, ਮਾਮੂ ਦਾ ਕਾਲ ਆ ਗਿਆ, ਕਿਆ ਕਿਆ ਇਹ ਦੇਖੇ ਜੀ, ਖੁਦ ਕਰਤੀ ਹੈ, ਦੇਖੇ ਹੱਥ ਪੇ, ਇੱਧਰ ਪੜੋ, ਐਸੇ ਪੜੋ, ਐਸੇ 1, 2, 3, 4, 5, 1, 2, 3 ਪੜੋ ਐਸੇ, ਲਾਇਲਾ ਪੜੋ, ਲਾਇਲਾ ਲਾਇਲਾ। ਮੇਰੀ ਗੁੜੀਆ ਕੀ ਆਖਿਆ, ਬੜੀ ਖਰਾਬ ਹੋਈ ਹੋਈ ਹੈ ਗਰਮੀ ਕੀ ਵਜ੍ਹਾ ਸੇ, ਡਾਕਟਰ ਨੇ ਮੈਡੀਸਨ ਲਿਖੀ ਦੀ ਹੈ, ਵੋ ਜੋ ਜਾਮਨੀ ਕਲਰ ਜਾਮਨੀ ਹੋਤੀ ਹੈ ਨਾ, ਪੋਲੀਫੈਕਸ ਟੂਪ, ਵੋ ਡਾਕਟਰ ਨੇ ਲਿਖੀ ਦੀ ਹੈ ਕਿ ਇਸਕੀ ਆਂਖੋਂ ਮੈਂ ਲਾ ਕੇ ਨਾ ਵੋ ਡਾਲੇ, ਔਰ ਅੰਮੀ ਜੀ ਇਸਕੀ ਨਜ਼ਰ ਉਤਾਰਨ ਲੱਗੀ ਹੈ, ਲਾਲ ਮਿਰਚ ਨਾਨਾ ਕਾ ਕਰੀ ਜਾਣਾ ਆ, ਨਾਨਾ ਪਿੱਛੇ ਲੈ ਕੇ ਚਲੀ ਗਈ। ਇਹਦੇ ਦੇਖੋ, ਮੇਰੀ ਤਰਫ ਦੇਖੋ, ਇਤਨੀ ਪਿਆਰੀ ਪਾਰੀਆਂ ਕੱਤੀਆਂ। ਬਾਬਾ ਜਾਨੀ ਕੀ ਕੋਲ ਆ ਜੇ, ਬਾਬਾ ਜਾਨੀ ਬੋਲੋ, ਬਾਬਾ ਜਾਨੀ ਕਿਸਨੇ ਲਿਖਿਆ ਤਾਂ ਬੋਲੇ, ਬਾਬਾ ਜਾਨੀ, ਬਾਬਾ ਬੋਲਤੀ ਹੈ, ਬਾਬਾ ਬਾਬਾ ਜਾਨੀ ਬੋਲੋ, ਬਾਬਾ ਜਾਨੀ। ਹਾਂਜੀ ਹਵਾ ਚੱਲ ਰਹੀ ਹੈ ਜੀ, ਫਿਰ ਵੀ ਗਰਮੀ ਬਹੁਤ ਜ਼ਿਆਦਾ, ਹਵਾ ਲੱਗ ਕੇ ਨਹੀਂ ਰਹੀ। ਬਾਬਾ ਜਾਨੀ ਜੀ ਖਰਾਬ ਹੋਈ ਹੈ, ਕਿਆ ਕਹਿ ਰਹੀ ਹੋ, ਪਤਾ ਨੀ ਕਿਆ ਕਹਿ ਰਹੀ ਹੋ, ਪਤਾ ਨੀ ਮੇਰੀ ਗੁੜੀਆ ਕਿਆ ਕਹਿ ਰਹੀ ਹੈ। ਅੰਮੀ ਜੀ ਰੋਟੀਆਂ ਬਣਾਉਣ ਲੱਗੇ ਜੀ, ਸਭ ਤੋਂ ਬਾਏ ਬੋਲੋ, ਅੱਲਾ ਹਾਫਿਜ਼। ਉਹ ਨਾਨਾ ਉਗੂ ਲੈ ਕੇ ਆ ਗਈ ਹੈ, ਉਗੂ ਵੀ ਫਿਡਰ ਕਿਸਨੇ ਬੀਨਾ, ਮੇਰੇ ਬੇਟੇ ਨੇ।